ਆਰਡਰ 30 ਰੁਪਏ ਪੈਂਤੀ ਰੁਪਏ ਵਿਕ ਰਿਹਾ ਪਰ ਫਾਇਦਾ ਕੋਈ ਨੀ ਨਾ ਹੁਣ ਸਾਲ ਦਾ ਕੋਈ ਫਾਇਦਾ ਨੀ ਹੁਣ ਮਗਰ ਫਸਲ ਹੈ ਨੀ ਬਸ ਇਹੋ ਜਿਹੜੇ ਲੈਂਦੇ ਇਹੋ ਆ ਸਭ ਖਰਾਬ ਖਤਮ ਹੋ ਗਿਆ ਗਲ ਗਿਆ ਸਾਰਾ ਖਰਾਬ ਹੋ ਗਿਆ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਰਿਹਾ ਜੀ ਆ ਮਿਰਚ ਦਾ ਵੀ ਛਾਲਾ ਮਿਰਚ ਵੀ ਸੁੱਕ ਰਹੀ ਆ ਇਹ ਵੀ 30 ਰੁਪਏ ਵਿਕ ਰਹੀ ਆ ਪਹਿਲਾਂ ਵੀ ਇਹ 5-6 ਰੁਪਏ ਸੀ ਹਾਂਜੀ ਬਾਰਿਸ਼ ਕਰਕੇ ਫਾਇਦਾ ਤਾਂ ਹੋਇਆ ਪਰ ਪਿੱਛੇ ਫਾਇਦਾ ਨੀ ਇੱਥੇ ਤਾਂ ਹੋ ਗਿਆ ਪਿੱਛੇ ਹੈ ਨੀ ਗਿਆ ਪਿੱਛੇ ਬਾਰਿਸ਼ ਦੇ ਨਾਲ ਸਾਰਾ ਖਤਮ ਹੋ ਗਿਆ ਹਰੀ ਮਿਰਚ 30 ਰੁਪਏ ਸ਼ਿਮਲਾ ਮਿਰਚ 20 ਰੁਪਏ ਅਦਕਰ 270 ਰੁਪਏ ਟਮਾਟਰ 30 ਰੁਪਏ ਕਿਲੋ ਕਿਲੋ ਮਤਲਬ ਘੱਟ ਹਾਂ ਅਸੀਂ ਪਹੁੰਚੇ ਹਾਂ ਤਰਨ ਤਰਨ ਦੀ ਦਾਣਾ ਸਬਜ਼ੀ ਮੰਡੀ ਵਿੱਚ ਵੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਕਿ ਕੱਲ੍ਹ ਸੀ ਤਾਂ ਪਰਸੋਂ ਦਾ ਅਗਰ ਗੱਲ ਕੀਤੀ ਜਾਵੇ ਤਾਂ ਪਰਸੋਂ ਟਮਾਟਰ 2 ਰੁਪਏ ਪ੍ਰਤੀ ਕਿਲੋ ਵਿਕ ਰਹੇ ਸੀ ਤਾਂ ਮਿਰਚ ਹਰੀ 5 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ ਤਾਂ ਅੱਜ ਦਾ ਉਛਾਲ ਕੀ ਹੈਗਾ ਵਾ ਕਿ ਤਰਨ ਤਰਨ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਵਿੱਚ ਟਮਾਟਰ ਜਿਹੜਾ ਵਾ ਉਹ 30 ਰੁਪਏ ਕਿਲੋ ਵਿਕ ਰਿਹਾ ਵਾ 35 ਰੁਪਏ ਕਿਲੋ ਵਿਕ ਰਿਹਾ ਵਾ ਹਰੀ ਮਿਰਚ ਵਾ ਉਹ 30 ਰੁਪਏ ਕਿਲੋ ਵਿਕ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਦੇਖ ਸਕਦੇ ਜੋ ਕਿ ਜਿਹੜਾ ਮਿਰਚ ਦਾ ਰੇਟ ਹੈਗਾ ਵਾ ਉਹ 30 ਰੁਪਏ ਪ੍ਰਤੀ ਕਿਲੋ ਮੰਡੀ ਦੇ ਵਿੱਚ ਹੈ ਔਰ ਜਿਹੜੇ ਟਮਾਟਰਾਂ ਦੇ ਰੇਟ ਮੰਡੀ ਦੇ ਵਿੱਚ ਹੈ ਜਿਹੜਾ ਵਾ ਉਹ 35 ਰੁਪਏ ਕਿਲੋ ਹੈ ਪਰ ਇਸਦੇ ਨਾਲ ਨਾਲ ਬਾਜ਼ਾਰਾਂ ਵਿੱਚ ਕੀ ਰੇਟ ਹੈਗਾ ਵਾ ਕਿ ਬਾਜ਼ਾਰ ਦੇ ਵਿੱਚ ਇੱਕਦਮ ਜਿਹੜਾ ਉਛਾਲ ਵੱਜਾ 100 ਰੁਪਇਆ ਪ੍ਰਤੀ ਕਿਲੋ ਟਮਾਟਰ ਜਿਹੜੇ ਆ ਸੁਨੇ ਜਾ ਰਹੇ ਸੀ ਪਰ ਮੰਡੀਆਂ ਦੇ ਰੇਟ ਹੈ 35 ਰੁਪਏ 30 ਰੁਪਏ ਉਹਦੇ ਨਾਲ ਨਾਲ ਹਰੀ ਮਿਰਚ ਜਿਹੜੀ ਆ ਉਹ ਵੀ ਜਿਹੜੀ ਆ 30 ਰੁਪਏ ਤੋਂ ਵੇਖ ਸਕਦੇ ਜੋ ਤਸਵੀਰਾਂ ਜਿਹੜੀ ਕਿ ਇਹ ਸਬਜ਼ੀ ਮੰਡੀ ਤਰਨ ਤਰਨ ਅਸੀਂ ਪਹੁੰਚੇ ਹਾਂ ਜਿੱਥੇ ਕਿ ਇਹ ਸਬਜ਼ੀ ਜਿਹੜੀ ਰੇਟ ਆ ਕਾਫੀ ਜਿਹੜੇ ਆ ਵੇਖਣ ਨੂੰ ਮਿਲਦਾ ਜੇ ਘੀਆ ਤੋਰੀ ਦੀ ਗੱਲ ਕੀਤੀ ਜਾਵੇ ਤਾਂ ਉਹ 30 ਰੁਪਏ 35 ਰੁਪਏ ਵਿਕ ਰਹੀ ਹੈ ਤੇ ਵੇਂਗਣ ਵਾ ਜਿਹੜੇ ਉਹ 15 ਰੁਪਏ ਵਿਕ ਰਹੀ ਹੈ ਤੇ ਇਸਦੇ ਨਾਲ ਨਾਲ ਜਿਹੜਾ ਕਿ ਇਹ ਮੰਡੀਆਂ ਦੇ ਰੇਟ ਆ ਕਿਸਾਨ ਲੈ ਕੇ ਆਏ ਨੇ ਔਰ ਕਿਸਾਨਾਂ ਦਾ ਮੰਨਣਾ ਹੈ ਕਿ ਜਿਹੜਾ ਉਛਾਲ ਆ ਇਹ ਸਿਰਫ ਕੱਲ ਹੀ ਹੋਇਆ ਸੀ ਪਰ ਉਸਦੇ ਨਾਲ ਨਾਲ ਬਾਰਿਸ਼ਾਂ ਇੰਨੀਆਂ ਹੋਈਆਂ ਸੀ ਕਿ ਜਿਹੜੀ ਫਸਲ ਵਾ ਉਹ ਖਰਾਬ ਹੋ ਚੁੱਕੀ ਹੈ ਇਸ ਤੋਂ ਅੱਗੇ ਜਿਹੜੀ ਫਸਲ ਵਾ ਹੁਣ ਨਹੀਂ ਹੈਗੀ ਜੇ ਅਗਰ ਨਹੀਂ ਹੈਗੀ ਤਾਂ ਹੁਣ ਉਛਾਲ ਹੋਇਆ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਪਹਿਲਾਂ ਹੁੰਦਾ ਤਾਂ ਕਿਸਾਨਾਂ ਨੂੰ ਕੁਛ ਪੈਸਾ ਜਿਹੜੀ ਸੀ ਉਹ ਬਚ ਜਾਣੇ ਸੀ ਪਰ ਹੁਣ ਦੇਖਣ ਨੂੰ ਮਿਲਿਆ ਕਿ ਮੰਡੀ ਦੇ ਵਿੱਚ ਅਸੀਂ ਪਹੁੰਚੇ ਤਾਂ ਔਰ ਜਿਹੜੇ ਰੇਟ ਨੇ ਜਿਵੇਂ ਕੜਕੇ ਵਾਲੀ ਚੀਜ਼ ਦੀ ਗੱਲ ਕੀਤੀ ਜਾਵੇ ਹਰੀ ਮਿਰਚ ਜਿਹੜੀ ਆ ਉਹ 30 ਰੁਪਏ ਆ ਟਮਾਟਰ 30 ਤੋਂ 35 ਰੁਪਏ ਆ ਘੀਆ ਤੋਰੀ ਅਗਰ 25 ਰੁਪਏ 30 ਰੁਪਏ ਆ ਬੈਂਗਣ ਵਾ ਉਹ 15 ਰੁਪਏ ਆ 20 ਰੁਪਏ ਆ ਉਸਦੇ ਨਾਲ ਨਾਲ ਜਿਵੇਂ ਹੋਰ ਵੀ ਚੀਜ਼ਾਂ ਨੇ ਜਿਸ ਤਰ੍ਹਾਂ ਕਿ ਸਬਜ਼ੀਆਂ ਨੇ ਤਾਂ ਕਾਫੀ ਮੰਡੀ ਦੇ ਵਿੱਚ ਤਾਂ ਕਾਫੀ ਸਮਾਨ ਵੇਖਿਆ ਜਾਵੇ ਤਾਂ ਸਸਤੇ ਰੇਟ ਤੇ ਵਿਕ ਰਿਹਾ ਹੈ ਪਰ ਜਿਹੜੇ ਬਾਜ਼ਾਰਾਂ ਦੇ ਵਿੱਚ ਰੇਟ ਆ ਉਹ ਇੱਕਦਮ ਉਛਾਲ ਦਿੱਤੇ ਗਏ ਨੇ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਆਏਗਾ ਔਰ ਚੈੱਕ ਜਿਹੜੇ ਬਾਜ਼ਾਰਾਂ ਵਿੱਚ ਕਰੇਗਾ ਤਾਂ ਲੋਕ ਜਿਹੜੇ ਨੇ ਹਾਹਾਕਾਰ ਹੋਈ ਪਈ ਹੈ ਕਿ ਆਖਰਕਾਰ ਟਮਾਟਰ ਦਾ ਰੇਟ ਇੰਨਾ ਉਛਾਲ ਕਿਸ ਤਰ੍ਹਾਂ ਹੋ ਗਿਆ ਹੁਣ ਪ੍ਰਸ਼ਾਸਨ ਜਿਹੜਾ ਵਾ ਤਰਨ ਤਰਨ ਦਾ ਉਹ ਵੇਖਣਾ ਹੋਏਗਾ ਕਿ ਕਿੰਨੀ ਜਲਦੀ ਜਿਹੜਾ ਦੁਕਾਨਾਂ ਨੂੰ ਵੀ ਚੈੱਕ ਕਰਦਾ ਹੈ ਕਿ ਜਿਹੜੇ ਕਾਲਾ ਬਾਜ਼ਾਰੀ ਕਰਨਗੇ ਉਹ ਕਾਲਾ ਬਾਜ਼ਾਰੀ ਕਦੋਂ ਤੱਕ ਜਿਹੜੀ ਆ ਉਹ ਬੰਦ ਹੋਵੇਗੀ ਜਿਸ ਤਰ੍ਹਾਂ ਕਿ ਉਛਾਲ ਵੇਖਣ ਨੂੰ ਮਿਲਿਆ ਹੈ ਵਿਜੇ ਕੁਮਾਰ ਜਗਬਾਣੀ ਟੀਵੀ ਤਰਨ ਤਾਰਨ।